ਬੁੱਢਣ ਸ਼ਾਹ ਫਕੀਰ ਵਰਗਿਆਂ ਦੇ ਕੋਲ ਵੀ ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਬੁੱਢਣ ਸ਼ਾਹ ਫਕੀਰ ਦੇ ਮਨ ਵਿੱਚ ਵੀ ਬੜਾ ਮਾਣ ਸੀ, ਜਿਵੇਂ ਮਾਧੋ ਦਾਸ ਦੇ ਮਨ 'ਚ ਹੋਮੇ ਸੀ। ਮਾਧੋ ਦਾਸ ਵੀ ਕਹਿੰਦਾ ਮੈਂ ਰਿੱਧੀਆਂ ਸਿੱਧੀਆਂ ਦਾ ਮਾਲਕ ਹਾਂ, ਮੇਰੇ ਨਾਲ ਕੌਣ ਰਲ ਸਕਦਾ। ਬੁੱਢਣ ਸ਼ਾਹ ਫਕੀਰ ਵੀ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਤੇ ਸਾਧ ਸੰਗਤ ਰਿੱਧੀਆਂ ਸਿੱਧੀਆਂ ਕੈਸੀਆਂ, ਇਹਦੀ ਪਾਵਰ ਇੰਨੀ ਸੀ, ਇਹਦੇ ਵਿੱਚ ਸ਼ਕਤੀ। ਇਹਦਾ ਇੱਕ ਸ਼ੇਰ ਰੱਖਿਆ ਸੀ ਜਿਹੜਾ ਸ਼ੇਰ ਬੱਕਰੀਆਂ ਨੂੰ ਚਾਰਨ ਜਾਇਆ ਕਰਦਾ। ਹੁਣ ਵੇਖ ਲਓ ਸ਼ੇਰ ਬੱਕਰੀਆਂ ਚਾਰੇ, ਇੱਕ ਐਸੀ ਗੱਲ ਹੈ ਮੰਨਣ 'ਚ ਨਹੀਂ ਆਉਂਦੀ, ਪਰ ਪਾਵਰ ਸੀ ਬੁੱਢਣ ਸ਼ਾਹ ਦੇ ਵਿੱਚ। ਉਹਨੇ ਸ਼ੇਰ ਨੂੰ ਵਸ ਕੀਤਾ ਹੋਇਆ ਸੀ, ਸ਼ੇਰ ਬੱਕਰੀਆਂ ਨੂੰ ਮਾਰਦਾ ਨਹੀਂ ਸੀ, ਉਹਨਾਂ ਨੂੰ ਚਰਾ ਕੇ ਲਿਆਉਂਦਾ ਸੀ, ਚਾਰਦਾ ਸੀ ਬੱਕਰੀਆਂ। ਹੁਣ ਬੁੱਢਣ ਸ਼ਾਹ ਦੇ ਮਨ ਵਿੱਚ ਮਾਨ ਵੀ ਬੜਾ, ਮੇਰੇ ਨਾਲ ਕੌਣ ਰਲ ਜਾਏਗਾ, ਮੈਂ ਬੜਾ ਜੱਪੀ ਹਾਂ, ਬੜਾ ਤਪੀ ਹਾਂ, ਬੜਾ ਸਿਮਰਨ ਮੈਂ ਕੀਤਾ, ਹੋਮੇ ਦਾ ਭਰਿਆ ਹੋਇਆ ਸੀ। ਤੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਆਏ ਉਦੋਂ ਵੀ ਇਹਨੇ ਹੋਮੇ ਕੀਤੀ, ਹੰਕਾਰ ਵਿੱਚ ਬੋਲਿਆ। ਗੁਰੂ ਨਾਨਕ ਸਾਹਿਬ ਆ ਕੇ ਬਹਿ ਗਏ, ਵੇਖਿਆ ਗੁਰੂ ਨਾਨਕ ਸਾਹਿਬ ਇਹ ਕੌਣ ਆ ਗਿਆ ਫਕੀਰ, ਮੇਰੇ ਲਾਗੇ ਡੇਰਾ ਲਾ ਲਿਆ, ਕੀਰਤਨ ਹੋ ਰਿਹਾ। ਡਰਾਉਣ ਦੇ ਵਾਸਤੇ ਕਹਿੰਦਾ ਸੱਚੇ ਪਾਤਸ਼ਾਹ ਜਾਓ, ਚਲੇ ਜਾਓ ਇੱਥੋਂ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮੇਰਾ ਜੀ ਸ਼ੇਰ ਬੱਕਰੀਆਂ ਚਾਰਨ ਗਿਆ, ਆਉਣ ਵਾਲਾ ਹੈ। ਕਹਿਣ ਤੋਂ ਮਤਲਬ ਭਾਵ ਤੇ ਇਹੀ ਸੀ ਵੀ ਕਿਤੇ ਤੁਹਾਨੂੰ ਮਾਰ ਨਾ ਦੇਵੇ, ਚਲੇ ਜਾਓ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨਹੀਂ ਭਾਈ, ਤੇਰਾ ਸ਼ੇਰ ਆਉਂਦਾ ਆ ਜਾਣ ਦੇ, ਕੋਈ ਗੱਲ ਨਹੀਂ। ਕਹਿੰਦਾ ਨਹੀਂ ਜੀ, ਵੇਖੋ ਮੇਰਾ ਸ਼ੇਰ ਆਉਣ ਵਾਲਾ ਹੈ, ਚਲੇ ਜਾਓ। ਮਹਾਰਾਜ ਕਹਿੰਦੇ ਨਹੀਂ, ਅਸੀਂ ਜਾਣਾ ਨਹੀਂ। ਗੁਰੂ ਨਾਨਕ ਸਾਹਿਬ ਤੱਕਦੇ ਨੇ ਬੁੱਢਣ ਸ਼ਾਹ ਦਾ ਮਾਣ ਦੂਰ ਕਰਨ ਆਏ ਨੇ, ਹੋਮੇ ਨੇ ਇਹਦਾ ਜਪ ਤਪ ਨਸ਼ਟ ਕਰ ਦੇਣਾ। ਤੇ ਸਾਧ ਸੰਗਤ ਮਹਾਰਾਜ ਆਏ, ਇਹਨੇ ਨੂੰ ਸ਼ੇਰ ਆ ਗਿਆ ਬੱਕਰੀਆਂ ਚਾਰਦਾ ਚਾਰਦਾ, ਵੇਖਿਆ ਕੌਣ ਸਾਹਮਣੇ ਨੇ। ਇੱਕ ਵਾਰੀ ਤੇ ਬੜਾ ਗਰਜਿਆ, ਜਦੋਂ ਲਾਗੇ ਆਇਆ ਗੁਰੂ ਨਾਨਕ ਦੇ ਕੀਤੇ ਦਰਸ਼ਨ, ਤੇ ਸ਼ੇਰ ਨੂੰ ਵੀ ਗੁਰੂ ਨਾਨਕ ਨੂੰ ਮੱਥਾ ਟੇਕਣਾ ਪੈ ਗਿਆ। ਸ਼ੇਰ ਜਾਨਵਰ ਵੀ ਝੁਕਦੇ ਸੀ, ਬੰਦਿਆਂ ਦੀ ਕੀ ਗੱਲ ਹੈ। ਗੁਰੂ ਨਾਨਕ ਦੇ ਅੱਗੇ ਉਹ ਪਸ਼ੂ ਪੰਛੀਆਂ ਨੂੰ ਵੀ ਝੁਕਣਾ ਪੈਂਦਾ ਸੀ, ਜਦੋਂ ਮਰਦਾਨਾ ਵਜਾਉਂਦਾ ਸੀ ਨਾ ਰਬਾਬ, ਤੇ ਬੜੇ ਬੜੇ ਜੰਗਲਾਂ ਦੇ ਭਿਆਨਕ ਜਾਨਵਰ ਪਸ਼ੂ ਪੰਛੀ ਵੀ ਸਾਧ ਸੰਗਤ ਜੀ ਉਹ ਆ ਸਾਹਮਣੇ ਬਹਿੰਦੇ ਸੀ, ਅੱਗੇ ਆ ਖਲੋਂਦੇ ਸੀ, ਉਹ ਮੁਗਧ ਹੋ ਜਾਂਦੇ ਸੀ, ਕੀਰਤਨ ਦਾ ਆਨੰਦ ਹੀ ਐਸਾ ਸੀ, ਗੁਰੂ ਨਾਨਕ ਦੇ ਬਚਨ ਸੁਣਦੇ ਸੀ। ਤੇ ਸਾਧ ਸੰਗਤ ਨਮਸਕਾਰਾਂ, ਬੰਦਿਆਂ ਦੀ ਕੀ ਗੱਲ ਹੈ। ਅੱਜ ਉੱਥੇ ਇੱਕ ਸ਼ੇਰ ਵੀ ਨੀਵਾਂ ਹੋ ਗਿਆ, ਸ਼ੇਰ ਵੀ ਗੁਰੂ ਨਾਨਕ ਨੂੰ ਝੁੱਕ ਕੇ ਮੱਥਾ ਟੇਕਦਾ। ਤੇ ਇਹ ਉਸ ਸਮੇਂ ਬੁੱਢਣ ਸ਼ਾਹ ਨੇ ਵੇਖਿਆ ਇਹ ਕੋਈ ਤਕੜੀ ਪਾਵਰ ਦਾ ਮਾਲਕ ਹੈ ਜਿਹੜਾ ਇੱਥੇ ਆਇਆ, ਤਕੜੀ ਪਾਵਰ ਦਾ ਮਾਲਕ ਹੈ, ਮੇਰੇ ਤੋਂ ਵੱਡਾ ਹੈ। ਤੇ ਸਾਧ ਸੰਗਤ ਉਸੇ ਸਮੇਂ ਬੁੱਢਣ ਸ਼ਾਹ ਫਕੀਰ ਨੂੰ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣਾ ਪੈ ਗਿਆ। ਮਹਾਰਾਜ ਕਿਰਪਾ ਕਰੋ, ਮੈਨੂੰ ਵੀ ਬਖਸ਼ੋ, ਮੈਨੂੰ ਹੰਕਾਰ ਸੀ ਵੀ ਮੈਂ ਸ਼ੇਰ ਨੂੰ ਪਾਵਰ ਦੇ ਨਾਲ ਵਸ ਕੀਤਾ, ਪਰ ਇਹ ਤੁਸੀਂ ਮੇਰੇ ਤੋਂ ਕਿਤੇ ਗੁਣਾ ਵੱਡੇ ਹੋ, ਕਿਉਂਕਿ ਤੁਹਾਨੂੰ ਤੇ ਇਹਨੇ ਮੱਥਾ ਟੇਕਿਆ, ਅੱਜ ਤੱਕ ਮੈਨੂੰ ਤੇ ਕਦੀ ਟੇਕਿਆ ਨਹੀਂ, ਤੁਹਾਨੂੰ ਨਮਸਕਾਰ ਕੀਤੀ ਹੈ ਮਹਾਰਾਜ, ਮੈਂ ਭੁੱਲ ਗਿਆ, ਮੈਂ ਪਾਪੀ ਨੇ ਤੁਹਾਨੂੰ ਮੱਥੇ ਨਹੀਂ ਟੇਕਿਆ, ਮੈਂ ਤੁਹਾਨੂੰ ਆਮ ਹੀ ਫਕੀਰ ਸਮਝਿਆ। ਬੁੱਢਣ ਸ਼ਾਹ ਨੂੰ ਝੁਕਣਾ ਪੈ ਗਿਆ ਗੁਰੂ ਨਾਨਕ ਦੇ ਚਰਨਾਂ ਤੇ, ਸਿਜਦਾ ਕੀਤਾ, ਨਮਸਕਾਰ ਕੀਤੀ ਤੇ ਲੈ ਆਇਆ ਦੁੱਧ। ਮਹਾਰਾਜ ਲਓ ਦੁੱਧ ਛਕ ਲਓ। ਮਹਾਰਾਜ ਕਹਿੰਦੇ ਬੁੱਢਣ ਸ਼ਾਹ ਤੂੰ ਭਾਈ ਚਲੋ, ਜੇ ਤੂੰ ਆਉਂਦਿਆਂ ਨੂੰ ਛਕਾਉਂਦਾ ਲਓ ਮਹਾਰਾਜ ਛਕ ਲਓ, ਅਸੀਂ ਛਕ ਲੈਂਦੇ, ਜਿੰਨੀ ਦੇਰੀ ਤੂੰ ਕੀਤੀ ਆ ਉਨੀ ਦੇਰੀ ਹੁਣ ਅਸੀਂ ਕਰਾਂਗੇ, ਤੂੰ ਵੀ ਤੇ ਦੇਰ ਨਾਲ ਹੀ ਆਇਆ, ਜਿੰਨੀ ਦੇਰੀ ਤੂੰ ਕੀਤੀ ਉਦੋਂ ਵੱਧ ਦੇਰੀ ਹੋਵੇਗੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਛਕਾਂਗੇ,
ਪਰ ਅੱਜ ਨਹੀਂ ਛੇਵੇਂ ਜਹਾਮੇ 'ਚ ਛਕਾਂਗੇ। ਆ ਵੇਖ ਲਓ ਕਿੱਡਾ ਲੰਮਾ ਸਮਾਂ ਮਹਾਰਾਜ, ਇੰਨੇ ਸਾਲ ਮੈਂ ਕਿਵੇਂ ਕੱਟਾਂਗਾ, ਦੁੱਧ ਖਰਾਬ ਹੋ ਜਾਣਾ। ਮਹਾਰਾਜ ਕਹਿੰਦੇ ਇਹ ਬਚਨ ਰਿਹਾ ਸਾਡਾ, ਦੁੱਧ ਖਰਾਬ ਨਹੀਂ ਹੋਏਗਾ। ਮਹਾਰਾਜ ਕਹਿਣ ਲੱਗੇ ਦੁੱਧ ਖਰਾਬ ਨਹੀਂ ਹੋਵੇਗਾ, ਤੇਰਾ ਸਾਂਭ ਕੇ ਰੱਖ ਦੇ, ਆਵਾਂਗੇ ਜ਼ਰੂਰ ਤੇਰਾ ਦੁੱਧ ਇੱਕ ਦਿਨ ਛਕਾਂਗੇ। ਆ ਵੇਖ ਲਓ ਗੁਰੂ ਨਾਨਕ ਸਾਹਿਬ ਅੱਜ ਬਚਨ ਕਰਕੇ ਚਲੇ ਗਏ। ਉਹ ਕਹਿੰਦੇ ਤੂੰ ਦੇਰੀ ਛਕਾਉਣ 'ਤੇ ਲਾਤੀ, ਹੁਣ ਅਸੀਂ ਛਕਣ 'ਤੇ ਵੀ ਤਾਂ ਦੇਰੀ ਲਾਵਾਂਗੇ, ਜੇ ਤਾਂ ਆਉਂਦਿਆਂ ਨੂੰ ਛਕਾ ਦਿੰਦਾ ਤਾਂ ਛਕ ਲੈਂਦੇ, ਤੂੰ ਵੀ ਦੇਰ ਲਾਈ ਆ, ਹੁਣ ਅਸੀਂ ਵੀ ਦੇਰ ਨਾਲ ਹੀ ਛਕਣਾ। ਅਤੇ ਸਾਧ ਸੰਗਤ ਜੀ, ਕਿਉਂਕਿ ਜਿੰਨਾ ਆਪਾਂ ਦੇਰੀ ਕਰਦੇ ਹਾਂ ਨਾ, ਉਹਨਾਂ ਗੁਰੂ ਤੋਂ ਦੂਰ ਜਾ ਰਹੇ ਹਾਂ। ਅਸੀਂ ਕਹਿੰਦੇ ਚਲੋ ਛਕ ਲਾਂਗੇ, ਹੋਰ ਸਾਲ ਖਲੋ ਜਾਓ, ਪਰ ਉਹ ਸਾਲ ਨੇ ਪਤਾ ਨਹੀਂ ਕਿੰਨੇ ਕੁ ਜਨਮ ਸਾਨੂੰ ਪਿੱਛੇ ਪਾ ਦੇਣਾ। ਮੂਲਾ ਖੱਤਰੀ ਕਿੰਨਾ ਕੁ ਸਮਾਂ, ਸਾਧ ਸੰਗਤ ਜੀ ਬੇਮੁੱਖ ਹੋਇਆ, ਬਹੁਤਾ ਟਾਈਮ ਨਹੀਂ ਸੀ, ਥੋੜ੍ਹਾ ਜਿਹਾ ਸਮਾਂ ਹੀ ਸੀ, ਕੁਝ ਘੰਟਾ ਲਾ ਲਓ। ਚਲੋ ਮੂਲਾ ਤਿੰਨ ਵਾਰੀ ਗਿਆ ਨਾ ਭਾਈ ਮਰਦਾਨਾ ਮੂਲੇ ਨੂੰ ਬੁਲਾਉਣ, ਅਤੇ ਸਾਧ ਸੰਗਤ ਤਿੰਨ ਵਾਰੀ 'ਚ ਲਾ ਲਓ ਵੀ ਘੰਟਾ ਡੇਢ ਦੋ ਘੰਟੇ ਲੰਘੇ ਹੋਣਗੇ। ਦੋ ਘੰਟੇ ਮੂਲਾ ਲੇਟ ਹੋ ਗਿਆ, ਸੱਪ ਲੜ ਗਿਆ ਮਰ ਦੇ ਕੋਲ ਲੈ ਆਏ, ਇਤਿਹਾਸ ਲੰਮੇ ਰਹਿੰਦੇ ਦੀਵਾਨਾਂ 'ਚ ਵਿਚਾਰ ਕਰਾਂਗੇ। ਸੋ ਸਾਧ ਸੰਗਤ ਮੂਲਾ ਖੱਤਰੀ ਘੰਟਾ ਲੇਟ ਹੋਇਆ ਹੋਵੇਗਾ, ਤੇ ਫਿਰ ਕਿੰਨਾ ਸਮਾਂ ਲੇਟ ਹੋ ਗਿਆ, ਕਰੀਬਨ ਸਾਧ ਸੰਗਤ 200 ਸਾਲ ਦਾ ਫਰਕ ਪੈ ਗਿਆ। 200 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੂਨਾ 'ਚ ਹੀ ਭਟਕਦਾ ਰਿਹਾ। ਜਿੰਨਾ ਅਸੀਂ ਲੇਟ ਕਰ ਦਿੰਦੇ ਹਾਂ ਨਾ, ਉਹਨਾਂ ਸੱਚਖੰਡ ਵਿੱਚ ਵੀ ਲੇਟ ਹੀ ਪਹੁੰਚਣਾ। ਦਰਗਾਹ ਦੀਆਂ ਦਰਗਾਹ ਤੱਕ ਨਹੀਂ, 7 ਦਿਨ ਲੇਟ ਹੋਇਆ ਭਾਈ ਦਿਆਲ ਦਾਸ। ਜਦੋਂ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਛਕ, ਕਹਿੰਦਾ ਜੀ ਨਹੀਂ ਕਿਰਪਾ ਕਰ ਦਿਓ, 7 ਦਿਨ ਲੇਟ ਹੋ ਗਿਆ। ਮਹਾਰਾਜ ਕਹਿੰਦੇ ਜਾ ਦਿਆਲ ਦਾਸ, ਤੈਨੂੰ ਵੀ ਦਰਗਾਹ 7 ਜਨਮ ਭੋਗ ਕੇ ਮਿਲੇਗੀ। 7 ਜਨਮ ਕਹਿੰਦੇ ਤੂੰ ਵੀ ਲੇਟ ਹੋ ਗਈ। ਇਹ ਲੇਟ ਜਿਹੜਾ ਕਰਦੇ ਨੇ ਛਕ ਲਾਂਗੇ ਜੀ, ਬਹੁਤ ਟਾਈਮ, ਬੜਾ ਸਮਾਂ ਪਿਆ, ਪਰ ਇਹ ਮਤ ਸੋਚੋ ਅਸੀਂ ਇੱਧਰੋਂ ਲੇਟ ਕਰ ਰਹੇ ਹਾਂ, ਅੱਗੋਂ ਵੀ ਤਾਂ ਲੇਟ ਹੋ ਰਹੇ ਹਾਂ ਨਾ, ਅੱਗੇ ਕੀ ਪਤਾ ਕਿੰਨਾ ਕੁ ਸਮਾਂ ਲੰਘ ਜਾਣਾ। ਮਹਾਰਾਜ ਕਹਿੰਦੇ ਬੁੱਢਣ ਸ਼ਾਹ, ਉਹ ਜੇ ਆਉਂਦਿਆਂ ਨੂੰ ਛਕਾ ਦਿੰਦਾ ਛਕ ਲੈਂਦੇ, ਹੁਣ ਤਾਂ 6ਵੇਂ ਜਾਮੇ 'ਚ ਆ ਕੇ ਛਕਾਂਗੇ। ਫਿਰ ਬਚਨ ਜਿਹੜਾ ਮਹਾਰਾਜ ਨੇ ਕੀਤਾ, ਉਹ ਫਿਰ ਆ ਕੇ ਛਕਿਆ ਵੀ ਮਹਾਰਾਜ ਨੇ 6ਵੇਂ ਰੂਪ ਦੇ ਵਿੱਚ ਆ ਕੇ ਬਾਬਾ ਗੁਰਦਿੱਤਾ ਜੀ ਦੇ ਹੁਕਮ ਕੀਤਾ। ਉਹਨਾਂ ਨੇ ਜਾ ਕੇ ਫਿਰ ਇਹ ਆਨੰਦ ਇਤਿਹਾਸ ਲੰਮੇ ਮੰਗਿਆ ਸੀ, ਦੁੱਧ ਸਾਡਾ ਦੁੱਧ ਦਿਓ। ਅੱਛਾ ਦੁੱਧ ਤੇ ਲੈਣਾ, ਕਹਿੰਦੇ ਆਵਾਜ਼ ਤੇ ਉਹੀ ਹੈ, ਰਸ ਤੇ ਉਹੀ ਹੈ, ਪਰ ਕਹਿੰਦੇ ਦਰਸ਼ਨ ਨਹੀਂ ਹੋ ਰਹੇ। ਮਹਾਰਾਜ ਦੁੱਧ ਮਿਲ ਜਾਏਗਾ, ਪਰ ਉਸੇ ਰੂਪ 'ਚ ਆਓ। ਫਿਰ ਉਹੀ ਰੂਪ 'ਚ ਗਏ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਜਾ ਕੇ ਦੁੱਧ ਛਕਿਆ। ਸੋ ਬੁੱਢਣ ਸ਼ਾਹ ਫਕੀਰ ਵਰਗਿਆਂ ਦਾ ਮਾਨ ਗੁਰੂ ਨਾਨਕ ਨੇ ਕੀਤਾ ਨਾ ਦੂਰ।